ਤੁਹਾਨੂੰ ਪੁਰਾਣੇ ਇਨਵੈਲਪ ਸੁੱਟਣੇ ਨਹੀਂ ਚਾਹੀਦੇ ਕਿਉਂਕਿ ਤੁਸੀਂ ਉਹਨਾਂ ਤੋਂ ਬਹੁਤ ਵਧੀਆ ਟੈਟਰਾਹੈਡਰਨ ਬਣਾ ਸਕਦੇ ਹੋ। ਵਰਤੇ ਹੋਏ ਇਨਵੈਲਪ ਦੇ ਕੋਨੇ ਤੋਂ ਤ੍ਰਿਪੋਜ ਮੋੜ ਦਿਓ, ਇੱਕ ਲਾਈਨ ਲਗਾਓ ਅਤੇ ਦੋ ਪਰਤਾਂ ਵਾਲਾ ਚਕੌਰ ਬਣਾਉਣ ਲਈ ਉਸ ਨੂੰ ਕੱਟੋ ਕਿਉਂਕਿ ਐਨਵੈਲਪ ਦੀਆਂ ਦੋ ਪਰਤਾਂ ਹੁੰਦੀਆਂ ਹਨ। ਇਸ ਚਕੌਰ ਦਾ ਮੂੰਹ ਖੁੱਲ੍ਹਾ ਹੋਵੇਗਾ, ਦੂਜਾ ਹਿੱਸਾ ਬੰਦ ਹੋਵੇਗਾ। ਐਨਵੈਲਪ ਨੂੰ ਦੋਹਰਾ ਕਰ ਲਵੋ ਅਤੇ ਪੈੱਨ ਨਾਲ ਖੁੱਲ੍ਹੇ ਪਾਸੇ ਦੇ ਵਿਚਾਲੇ ਨਿਸ਼ਾਨ ਲਗਾਓ। ਇਸ ਨਿਸ਼ਾਨ ਤੋਂ ਉਲਟੇ ਕਿਨਾਰਿਆਂ ਵੱਲ ਲਾਈਨਾਂ ਲਗਾ ਦਿਓ। ਇਹ ਨੀਲੀਆਂ ਲਾਈਨਾਂ ਬਰਾਬਰ ਦੀਆਂ ਹੋਣਗੀਆਂ ਅਤੇ ਇਸ ਤਰ੍ਹਾਂ ਤੁਸੀਂ ਆਈਸੋਸਲੀਅਸ ਟ੍ਰਾਇੰਗਲ ਬਣਾ ਲਵੋਗੇ। ਨੀਲੀਆਂ ਲਾਈਨਾਂ ਨੂੰ ਚੰਗੀ ਤਰ੍ਹਾਂ ਦਬਾ ਲਓ। ਹੁਣ ਜਦੋਂ ਤੁਸੀਂ ਚਕੌਰ ਦਾ ਮੂੰਹ ਖੋਲ੍ਹੋਗੇ ਤਾਂ ਇਸ ਦੇ ਕੋਨੇ ਜੁੜ ਜਾਣਗੇ ਅਤੇ ਟੈਟਰਾਹੈਡਨ ਬਣਾ ਦੇਣਗੇ। ਟੈਟਰਾਹੈਡਨ ਮਾਡਲ ਨੂੰ ਪੂਰਾ ਕਰਨ ਲਈ ਖੁੱਲ੍ਹੇ ਹੋਏ ਪਾਸੇ ਨੂੰ ਟੇਪ ਨਾਲ ਜੋੜ ਦਿਓ। ਹੁਣ ਇੱਕ ਬਣਾਉਣ ਦੀ ਬਜਾਏ ਉਸੇ ਤਰ੍ਹਾਂ ਦੇ ਐਨਵੈਲਪ ਤੋਂ ਦੋ ਟੈਟਰਾਹੈਡਨ ਬਣਾਓ ਕਿਉਂਕਿ ਦੋ ਟੈਟਰਾਹੈਡਨ ਜੁੜੇ ਹੋਏ ਹਨ, ਇਸ ਲਈ ਉਹਨਾਂ ਦੇ ਸਾਂਝੇ ਪਾਸੇ ਤੋਂ ਖੋਲ੍ਹਿਆ ਜਾ ਸਕਦਾ ਹੈ। ਇਸ ਨਾਲ ਬਹੁਤ ਸਾਰੀਆਂ ਸੰਭਾਵਨਾਵਾਂ ਬਣ ਸਕਦੀਆਂ ਹਨ। ਤੁਸੀਂ ਇਸ ਨਾਲ ਹੋਰ ਤਜਰਬਾ ਕਰਦੇ ਹੋਏ 6 ਟੈਟਰਾਹੈਡਨ ਨੂੰ ਟੇਪ ਨਾਲ ਜੋੜ ਕੇ ਫੁੱਲ ਵੀ ਬਣਾ ਸਕਦੇ ਹੋ। ਤੁਸੀਂ ਇਸ ਕਾਗਜ਼ ਦੇ ਫੁੱਲ ਨੂੰ ਲਗਾਤਾਰ ਘੁਮਾਉਂਦੇ ਹੋਏ ਹੋਰ ਵੀ ਹੈਰਾਨ ਹੋਵੋਗੇ। ਤੁਸੀਂ ਇਸ ਤੋਂ ਭੋਜਨ, ਫੂਡ ਚੇਨ ਪ੍ਰਣਾਲੀ, ਸਾਈਕਲ ਜਾਂ ਕਹਾਣੀ ਵੀ ਸੁਣਾ ਸਕਦੇ ਹੋ ਇਸ ਘੁੰਮਦੇ ਹੋਏ ਮਾਡਲ ਨੂੰ ਵਰਤ ਕੇ।